ਪਿੰਡ ਦੀ ਆਬਾਦੀ 400 ਤੇ ਸਕੂਲ ਦੇ ਵਿੱਚ ਬੱਚਾ ਸਿਰਫ ਇੱਕ ਆ ਇੱਕ ਬੱਚੇ ਦੇ ਲਈ ਮੈਡਮ ਆਉਂਦੀ ਹੈ ਇੱਕ ਬੱਚੇ ਦੇ ਲਈ ਮਿਡੇ ਮੀਲ ਬਣਦਾ ਇੱਕ ਬੱਚੇ ਦੇ ਲਈ ਇਹ ਸਾਰਾ ਤਾਮ ਲਾ ਸਕੂਲ ਬਹੁਤ ਸੋਹਣਾ ਹੈ ਇਹਦੇ ਵਿੱਚ ਕੋਈ ਆਤਕਤ ਨਹੀਂ ਨਹੀਂ ਹੈਗੀ ਪਰ ਸਕੂਲ ਨੂੰ ਕਹਿ ਲੋ ਕਿ ਅ ਬੱਚਿਆਂ ਦੇ ਮੰਦ ਭਾਗੇ ਨੇ ਜਾਂ ਸਕੂਲ ਦੇ ਪਤਾ ਨਹੀਂ ਕਿਉਂ ਇਸ ਸਕੂਲ ਦੇ ਵਿੱਚ ਬਾਤੀ ਪਿੰਡ ਦੇ ਵਿੱਚ ਹੋਣ ਦੇ ਬਾਵਜੂਦ ਵੀ ਇਸ ਸਕੂਲ ਦੇ ਵਿੱਚ ਬੱਚੇ ਅੰਦਰ ਇਕੱਲੇ ਹੀ ਹੋਣਾ ਹੈ ਦਿਲ ਨਹੀਂ ਜਾਂਦਾ ਵੀ ਹੋਰ ਨਿਆਣੇ ਹੋਣ ਨਾਲ ਹਾਂਜੀ ਕੀ ਬੰਨਾ ਵੱਡਾ ਹੋ ਕੇ ਕੋਜੀ ਪੜਨ ਪੜੋਂਦਾਂ ਮਾਹੌਲ ਜੀ ਤਾਂ ਹੀ ਬੰਦਾ ਜੀ ਬੱਚੇ ਹੋਣ ਬੱਚਾਂ ਦਾ ਗੋ ਜਵਾਬ ਹੋਵੇ ਵਧੀਆ ਰਿਪਲਾਈ ਹੋਵੇ ਤੇ ਚਹਿਲ ਪੈਲ ਹੋਵੇ ਕਲਾਸ ਵੀ ਤਾਂ ਹੀ ਸੋਹਣੀ ਲੱਗਦੀ ਹੈ ਅਗਰ ਬੱਚਿਆਂ ਦੇ ਨਾਲ ਹੀ ਸੋਹਣੀ ਲੱਗਦੀ ਹੈ ਕਲਾਸ ਵੀ ਸਕੂਲ ਵੀ ਤੇ ਪਰ ਇੱਥੇ ਇੱਕ ਹੀ ਬੱਚਾ ਜੀ ਪੜਾਉਨੇ ਆ ਜੀ ਮਨ ਲਾ ਕੇ ਪੜਾਉਨੇ ਆ ਨਹੀਂ ਜੀ ਬੱਚਾ ਜੋ ਸਕੂਲ ਹੈ ਉਹ ਡਿਲੀ ਹੁੰਦਾ ਹੈ ਜਿਵੇਂ ਕਿ ਸਾਰੇ ਸਕੂਲ ਹੁੰਦੇ ਆ ਉਸੇ ਟ੍ਰਿਕ ਅਨਲਿਸਿਸ ਦੀ ਦੋ ਟਿਮਿੰਗ ਦੇਣੀ ਪੈਂਦੀ ਆ ਕਿ ਬੱਚਾ ਵੀ ਰੈਗਨਰਲੀ ਆ ਰਿਹਾ ਹੈ ਹੁਣ ਇਹ ਹੀ ਪਾਸ ਆ ਉਠੋ ਕੇ ਚਲੇ ਜਾਊਗਾ ਫਿਰ ਤੇ ਤੁਹਾਡੇ ਕੋਲ ਇੱਕ ਵੀ ਨਹੀਂ ਬੱਚਾ ਰਹਿਣਾ ਤੁਸੀਂ ਇਹਦੇ ਲਈ ਸੋਚਿਆ ਵੀ ਮੈਂ ਕੁਝ ਪ੍ਰਿੰਟ ਵਿਜ਼ਿਟ ਕਰਾਂ ਜਾਂ ਲੋਕਾਂ ਵਾਲਿਆਂ ਨੂੰ ਦੱਸਾਂ ਵੀ ਸਾਥਰੀਏ ਗਾਲ ਤੁਸੀਂ ਦੇਖ ਰਹੇ ਹੋ ਜਗ ਬਾਣੀ ਟੀਵੀ ਵੈਸੇ ਸਰਕਾਰੀ ਸਕੂਲਾਂ ਦਾ ਮਿਆਰ ਸਰਕਾਰ ਲਗਾਤਾਰ ਉੱਚਾ ਚੱਕ ਰਹੀ ਹੈ ਪਰ ਬਹੁਤੇ ਸਕੂਲ ਬੱਚਿਆਂ ਤੋਂ ਸਖਣੇ ਆ ਬਠਿੰਡਾ ਮਾਲਵਾ ਘੁੰਮਣਿਆਂ ਸੀਗਾ ਤੇ ਪਤਾ ਲੱਗਾ ਵੀ ਇੱਥੇ ਦਾ ਇੱਕ ਪਿੰਡ ਆ ਕੋਠੇ ਬੁੱਧ ਸਿੰਘ ਵਾਲਾ ਪਿੰਡ ਦੀ ਆਬਾਦੀ 400 ਤੇ ਸਕੂਲ ਦੇ ਵਿੱਚ ਬੱਚਾ ਸਿਰਫ ਇੱਕ ਆ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਸਕੂਲ ਦੇ ਵਿੱਚ ਬੱਚਾ ਇੱਕ ਇੱਕ ਬੱਚੇ ਦੇ ਲਈ ਮੈਡਮ ਆਉਂਦੀ ਆ ਇੱਕ ਬੱਚੇ ਦੇ ਲਈ ਮਿੱਡੇ ਮੀਲ ਬਣਦਾ ਇੱਕ ਬੱਚੇ ਦੇ ਲਈ ਇਹ ਸਾਰਾ ਤਾਮ-ਜਾਮ ਹੁੰਦਾ ਸਮਾਰਟ ਸਕੂਲ ਆ ਜਿਵੇਂ ਤੁਸੀਂ ਪਿੱਛੇ ਮੇਰੇ ਬੋਰਡ ਵੀ ਦੇਖਾ ਲਗਾ ਇਹਨਾਂ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੋਠੇ ਬੁੱਧ ਸਿੰਘ ਵਾਲਾ ਬਠਿੰਡਾ ਹੁਣ ਚੱਲਦੇ ਆ ਇਸ ਸਕੂਲ ਦੇ ਅੰਦਰ ਤੇ ਮળોਰਾਂ ਆ ਤੁਹਾਨੂੰ ਉਸ ਮੁੰਡੇ ਦੇ ਨਾਲ ਤੇ ਗੱਲਬਾਤ ਵੀ ਕਰਾਂਗੇ ਮੈਡਮ ਦੇ ਨਾਲ ਤੇ ਦੇਖੋ ਵੀ ਕਿਵੇਂ ਮਤਲਬ ਇਹ ਪੂਰੇ ਸਕੂਲ ਦਾ ਜਿਹੜਾ ਆ ਕਾਰੋਬਾਰ ਚੱਲਦਾ ਸਕੂਲ ਬਹੁਤ ਸੋਹਣਾ ਹੈ ਇਹਦੇ ਵਿੱਚ ਕੋਈ ਆਤਕ ਕਤਨੀ ਨਹੀਂ ਹੈਗੀ ਪਰ ਸਕੂਲ ਨੂੰ ਕਹਿ ਲੋ ਕਿ ਬੱਚਿਆਂ ਦੇ ਮੰਦ ਭਾਗੇ ਨੇ ਜਾਂ ਸਕੂਲ ਦੇ ਪਤਾ ਨਹੀਂ ਕਿਉਂ ਇਸ ਸਕੂਲ ਦੇ ਵਿੱਚ ਆਬਾਦੀ ਪਿੰਡ ਦੇ ਵਿੱਚ ਹੋਣ ਦੇ ਬਾਵਜੂਦ ਵੀ ਇਸ ਸਕੂਲ ਦੇ ਵਿੱਚ ਬੱਚੇ ਨਹੀਂ ਹੈਗੇ ਆ ਵੇਖ ਲਓ ਮੈਨੂੰ ਲੱਗਾ ਇੰਨਾ ਸੋਹਣਾ ਸਕੂਲ ਆ ਆ ਦੇਖ ਲਓ ਇੰਨਾ ਸੋਹਣਾ ਸਕੂਲ ਆ ਪਹਿਲਾਂ ਤੇ ਕਿਉਂਕਿ ਆਜ਼ਾਦੀ ਦਾ 75ਵਾਂ ਦਿਵਸ ਮਨਾਇਆ ਸੀ 75ਵਾਂ ਅੰਮ੍ਰਿਤ ਮਹਾਉత్సਵ ਉਹਦਾ ਵੀ ਦੇਖੋ ਕਿੰਨਾ ਸੋਹਣਾ ਬੋਰਡ ਲੱਗਾ ਸਕੂਲ ਦੇ ਵਿੱਚ ਤੁਸੀਂ ਦੇਖੋ ਵੇ ਇੰਨਾ ਸੋਹਣਾ ਪੰਘੂੜੇ ਲੱਗੇ ਹੋਏ ਨੇ ਤੇ ਇੰਨਾ ਸੋਹਣਾ ਤਾਮਝਾ ਵਾ ਇਹਨਾਂ ਤਾਂ ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚ ਵੀ ਨਹੀਂ ਹੁੰਦਾ ਪਰ ਕਹਿ ਲਿਆ ਕਿ ਸ਼ਾਇਦ ਪ੍ਰਸ਼ਾਸਨ ਫੇਲ ਹੈ ਜਾਂ ਲੋਕ ਇੱਥੋਂ ਦੇ ਫੇਲ ਨੇ ਜਾਂ ਇੱਥੋਂ ਦਾ ਸਰਪੰਚ ਫੇਲ ਹੈ ਜਾਂ ਟੀਚਰ ਫੇਲ ਨੇ ਕਿ ਬੱਚੇ ਜਿਹੜੇ ਹਨ ਇਸ ਸਕੂਲ ਦੇ ਵਿੱਚ ਨਹੀਂ ਆਏ ਹਾਲਾਂਕਿ ਕਿਹਾ ਜਾਂਦਾ ਕਿ ਡੇਰਿਆਂ ਦੇ ਉੱਤੇ ਨੇ 400 ਦੀ ਆਬਾਦੀ ਆ ਪਰ ਦੂਰ ਦੂਰ ਆ ਬੱਚਿਆਂ ਦਾ ਬੱਸ ਨਹੀਂ ਹੈਗਾ ਕਿਉਂਕਿ ਮਾਪੇ ਪ੍ਰਾਈਵੇਟ ਸਕੂਲ ਦੀ ਬੱਸ ਆਉਂਦੀ ਉਹ ਚੜਾ ਦਿੰਦੇ ਆ ਬੱਚਿਆਂ ਦਾ ਫਿਕਰ ਨਹੀਂ ਰਹਿੰਦਾ ਪੜ੍ਹਾਈ ਨੂੰ ਲੈ ਕੇ ਜਿੱਥੇ ਅਸੀਂ ਕਹਿੰਦੇ ਆ ਵੀ ਪ੍ਰਾਇਮਰੀ ਸਕੂਲ ਜਾਂ ਸਰਕਾਰੀ ਸਕੂਲ ਜਿਹੜੇ ਆ ਉੱਪਰ ਉੱਠਣੇ ਚਾਹੀਦੇ ਆ ਉਹਨਾਂ ਸਭ ਦੇ ਵਿੱਚ ਆ ਸਕੂਲ ਜਿਹੜਾ ਆ ਜਿਹੜਾ ਇੰਨਾ ਸੋਹਣਾ ਬਣਿਆ ਹੋਇਆ ਇਹਦੀ ਤੁਸੀਂ ਦੁਬਾਰਾ ਦੇਖੋ ਤੁਹਾਨੂੰ ਪਤਾ ਲੱਗੂਗਾ ਕਿ ਕਿੰਨੀਆਂ ਸੋਹਣੀਆਂ ਉੱਤੇ ਪੇਂਟਿੰਗਾਂ ਨੇ ਮਤਲਬ ਪ੍ਰਾਈਵੇਟ ਸਕੂਲਾਂ ਦੇ ਵਿੱਚ ਇੰਨੀਆਂ ਪੇਂਟਿੰਗਾਂ ਸੋਹਣੀਆਂ ਨਹੀਂ ਹੁੰਦੀਆਂ ਇੰਨਾ ਸੋਹਣਾ ਸਕੂਲ ਬਣਾਇਆ ਹੋਇਆ ਪਰ ਜੇ ਤੋਂ ਬੱਚਿਆਂ ਦੇ ਨਾਂ ਤੇ ਫਿਰ ਜੇ ਬੱਚੇ ਨਹੀਂ ਹੈਗੇ ਤੇ ਫਿਰ ਸਕੂਲ ਦਾ ਕੋਈ ਮਤਲਬ ਨਹੀਂ ਹੈਗਾ ਹਾਲਾਂਕਿ ਇੱਕ ਗੱਲ ਬਹੁਤ ਸੋਹਣੀ ਆ ਮੈਂ ਨਾ ਕਿਤੇ ਪੜ੍ਹਦਾ ਸੀਗਾ ਵੀ ਜਿਹੜੇ ਅਮਰੀਕਾ ਕੈਨੇਡਾ ਜਾਂ ਆਸਟ੍ਰੇਲੀਆ ਵਰਗੇ ਮੁਲਕ ਨੇ ਨਾ ਉੱਥੇ ਸਕੂਲਾਂ ਦੇ ਵਿੱਚ ਚਾਹੇ ਚਾਰ ਬੱਚੇ ਹੋਣ ਚਾਹੇ ਤਿੰਨ ਬੱਚੇ ਹੋਣ ਜਾਂ ਇੱਕ ਹੀ ਹੋਵੇ ਉੱਥੇ ਪੂਰਾ ਸਿਸਟਮ ਉਦਾਂ ਹੀ ਕੰਮ ਕਰਦਾ ਜਿਵੇਂ ਉਹ 100 ਬੱਚੇ ਲਈ ਕੰਮ ਕਰਦਾ ਤੇ ਇੱਥੇ ਦੀ ਵੀ ਇੱਕ ਚੰਗੀ ਗੱਲ ਆ ਕਿ ਸਾਰਾ ਕੁਝ ਉਦਾਂ ਹੀ ਆ ਮਿੱਡੇ ਮੀਲ ਵੀ ਬਣਦਾ ਆ ਸਾਰਾ ਕੁਝ ਸਕੂਲ ਵੀ ਵਾਈਨ ਚੱਲਦਾ ਆ ਆ ਸਕੂਲ ਦਾ ਪਹਿਲਾ ਦਰਵਾਜ਼ਾ ਆਉਂਦਾ ਜਿੱਥੇ ਦਫ਼ਤਰ ਆ ਤੁਸੀਂ ਦੇਖੋ ਵੀ ਇੰਨਾ ਸੋਹਣਾ ਤਰੀਕੇ ਦਾ ਬਣਾਇਆ ਹੋਇਆ ਤੇ ਅ ਔਰ ਇਹਦੇ ਚ ਕੋਈ ਆਤਕਥਨ ਨਹੀਂ ਨਹੀਂ ਯਾਦ ਤੋਂ ਕੋਈ ਡਰਾਇਆ ਨਹੀਂ ਹੈਗਾ ਵੀ ਪ੍ਰਾਇਮਰੀ ਜਾਂ ਸਰਕਾਰੀ ਸਕੂਲਾਂ ਦੇ ਟੀਚਰ ਸਭ ਤੋਂ ਵੈਲ ਕੁਆਲੀਫਾਈਡ ਟੀਚਰ ਹੁੰਦੇ ਨੇ ਕਿਉਂਕਿ ਬੜੀਆਂ ਸ਼ਾਨੜੀਆਂ ਲਾ ਕੇ ਹੁੰਦੇ ਆ ਚੱਲਦੇ ਆਂ ਤੇ ਫਿਰ ਤੁਹਾਨੂੰ ਟੀਚਰ ਨਾਲ ਵੀ ਮਿਲਾਵਾਂਗੇ ਬੱਚੇ ਨਾਲ ਵੀ ਮਿਲਾਵਾਂਗੇ ਤੇ ਗੱਲਬਾਤ ਵੀ ਕਰਾਂਗੇ ਮੇਰੇ ਨਾਲ ਉਹ ਬੱਚਾ ਜਿਹੜਾ ਇਕੱਲਾ ਹੀ ਸਕੂਲ 'ਚ ਪੜਦਾ ਆ ਤੇ ਉਹਦੇ ਨਾਲ ਗੱਲਬਾਤ ਤੁਸੀਂ ਕਰਾਂਗੇ ਇਹ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਂ ਆ ਪਿੰਦਰ ਸਿੰਘ ਪਿੰਦਰ ਸਿੰਘ ਪਿੰਦਰ ਇਕੱਲਾ ਹੀ ਹੋਣਾ ਆ ਦਿਲ ਨਹੀਂ ਕਰਦਾ ਵੀ ਹੋਰ ਨਿਆਣੇ ਹੋਣ ਨਾਲ ਹਾਂਜੀ ਕਰਦਾ ਆਸੀ-ਪਾਸੇ ਗਵਾਂਢ 'ਚ ਕਿੰਨੇ ਕੁ ਬੱਚੇ ਹੈਗੇ ਉਹ ਕਿੱਥੇ ਜਾਂਦੇ ਉਹ ਸਾਰੇ ਪ੍ਰਾਈਵੇਟ 'ਚ ਜਾਂਦੇ ਤੇ ਤੂੰ ਉਹਨਾਂ ਨੂੰ ਕਹਿਣਾ ਨਹੀਂ ਹੁੰਦਾ ਵੀ ਮੇਰੇ ਸਕੂਲੇ ਚੱਲੋ ਉਹ ਕੀ ਕਹਿੰਦੇ ਫੇਰ ਉਹ ਕਹਿੰਦੇ ਇੱਥੇ ਪੜਾਈ ਹੈ ਨਹੀਂ ਪੜਾਈ ਹੈ ਨਹੀਂ ਕਹਿੰਦੇ ਹਾਂ ਪਰ ਤੈਨੂੰ ਤਾਂ ਯਾਰ ਵਧੀਆ ਪੜਾਉਂਦੀ ਮੈਡਮ ਮੈਡਮ ਵਧੀਆ ਨਹੀਂ ਪੜਾਉਂਦੇ ਹਾਂ ਪੜਾਉਂਦੇ ਆ ਪਰ ਤੇ ਉਹਨਾਂ ਦੇ ਸੀ ਕੀ ਕੀਵਾਂ ਨੰਬਰ ਵੱਡਾ ਹੋ ਕੇ ਫੌਜੀ ਫੌਜੀ ਹੂੰ ਅੱਛਾ ਅੱਛਾ ਤੇ ਅੱਜ ਕੀ ਕਰਨ ਰਏ ਸੀ ਕੰਮ ਕੀ ਕਰਨ ਨੇ ਟੈਸਟ ਤਾਂ ਹੀ ਟੈਸਟ ਹੂੰ ਕਿਹੜਾ ਹਿੰਦੀ ਦੇ ਹੂੰ ਠੀਕ ਹੈ ਤੇ ਸਕੂਲ ਚ ਦਿਲ ਲੱਗ ਜਾਂਦਾ ਇਕੱਲੇ ਦਾ ਹਾਂ ਲੱਗ ਜਾਂਦਾ ਹੂੰ ਇਦਾਂ ਨਹੀਂ ਹੁੰਦਾ ਵੀ ਨਾਲ ਹੋਰ ਵੀ ਆਉਣ ਛੁੱਟੀ ਛੁੱਟੀ ਕਰਨ ਨੂੰ ਦਿਲ ਕਰਦਾ ਫਿਰ ਕਦੇ ਹਾਂ ਹੈ ਛੁੱਟੀ ਕਦੋਂ ਮਕਿੱਤੀ ਨਹੀਂ ਪੜੀ ਕਿਤੇ ਨਹੀਂ ਹੁੰਦੀ ਛੁੱਟੀ ਹਾਂ ਹੂੰ ਸੈਟਰ ਕਹਿੰਦਾ ਹੁੰਦਾ ਸਕੂਲ ਇੱਥੇ ਇਕੱਲਾ ਹੁੰਦਾ ਇਥੇ ਲੱਗ ਗਈ ਆ ਕਰ ਹਾਂ ਠੀਕ ਆ ਤੇ ਬਾਕੀ ਬੱਚਿਆਂ ਦਾ ਵੀ ਲਾਗੇ ਹੋਣਾ ਕਰ ਤੇ ਤੇਰੇ ਦੋਸਤ ਹੈਗੇ ਪਿੰਡ 'ਚ ਉਹ ਕਿੰਨੇ ਕਿੜੇ ਬੜੇ ਨੇ ਉਹ ਪ੍ਰਾਈਵੇਟ ਹੀ ਜੀ ਸਾਰੇ ਪ੍ਰਾਈਵੇਟ ਹੀ ਹਾਂ ਤੇ ਇਸ ਤੋਂ ਬਾਅਦ ਹੁਣ ਫਿਰ ਅੱਜ ਤੂੰ ਪੰਜਵੀਂ ਚ ਹੈ ਸਕੂਲ ਦਾ ਪੰਜਵੀਂ ਤੱਕ ਆ ਇਥੋਂ ਬਾਅਦ ਕਿੱਥੇ ਜਾਣਾ ਪਿੰਡ ਪਿੰਡ ਨੂੰ ਕਿਹੜਾ ਕੋਠੇ ਡਾਂਸਿੰਗ ਵਾਲਾ ਕਿੱਥੇ ਡਾਂਸਿੰਗ ਜਾਣਾ ਡਾਂਸਿੰਗ ਜਾਣਾ ਠੀਕ ਆ ਉੱਥੇ ਬੜੇ ਨਿਆਣੇ ਹੋਣਗੇ ਹਾਂ ਠੀਕ ਆ ਉੱਥੇ ਮੋਜਾ ਲੱਗਣਗੀਆਂ ਇੱਥੇ ਇੱਥੇ ਬੱਡੇ ਮਿਲ ਵੀ ਇਕੱਲਾ ਹੀ ਖਾਣਾ ਬੈਠ ਕੇ ਹਾਂ ਜੀ ਹੱਲ ਬੈਗਾਂ ਹੂੰ ਸਹੀ ਹੈ ਤੇ ਹੋਰ ਤੇ ਖੇਡਦਾ ਕਿਦਾਂ ਆ ਖੇਡ ਤਾਂ ਕੱਲਾ ਹੀ ਕੱਲਾ ਹੀ ਹਾਂ ਕੀ ਕੀ ਖੇਡਦਾ ਉਹ ਫੁੱਟਬਾਲ ਹਾਕੀ ਕੱਲਾ ਹੀ ਖੇਡੀਆਂ ਹਾਂ ਸਹੀ ਹੈ ਤੂੰ ਹੀ ਦੇਖਿਆ ਵੀ ਮੈਂ ਇਹਨਾਂ ਕਹਿ ਰਿਹਾ ਮੈਂ ਸੋਚਦਾ ਸੀ ਮੈਂ ਕੀ ਪੁੱਛਾਂ ਕਿਉਂਕਿ ਕੱਲਾ ਹੀ ਖੇਡਦਾ ਬੱਚਾ ਨਾ ਕੱਲੇ ਬੱਚੇ ਦੀ ਸਾਈਕੀ ਜਿਹੜੀ ਹੈ ਨਾ ਉਹ ਡਿਵੈਲਪ ਕਰਨੀ ਵੀ ਬੜੀ ਔਖੀ ਆ ਪਰ ਸਦਗਿਆ ਮੈਡਮ ਦਾ ਵੀ ਤੇ ਸਦਗਿਆ ਪ੍ਰਸ਼ਾਸਨ ਦਾ ਵੀ ਆ ਜਿਨ੍ਹਾਂ ਨੇ ਵਾਕਈ ਸੋਹਣਾ ਕੰਮ ਕਰਦੇ ਆ ਕਿਉਂਕਿ ਕੱਲੇ ਬੱਚ ਨੂੰ ਲੈ ਕੇ ਨਾ ਅਸੀਂ ਕਹਿ ਰਹੀ ਕਰਨ ਛੱਡੋ ਯਾਰ ਕਿਤੇ ਹੋਰ ਟਰਾਂਸਫਰ ਕਰ ਦੰਨੇ ਪਰ ਮੈਂ ਇਹ ਗੱਲ ਰੂਗਾਂਗਾ ਵੀ ਪ੍ਰਸ਼ਾਸਨ ਦੀ ਇਹ ਹੱਲੇ ਵੀ ਕਿਤਨਾ ਕਿਤੇ ਕਮੀ ਆ ਸਾਡੇ ਸਿਸਟਮ ਦੀ ਕਿ ਬੜੇ ਲੋਕਾਂ ਦਾ ਸਰਕਾਰੀ ਸਕੂਲਾਂ 'ਚ ਯਕੀਨ ਨਹੀਂ ਹੈਗਾ ਉਹ ਯਕੀਨ ਤਾਂ ਸਾਨੂੰ ਹੀ ਜਗਾਉਣਾ ਪੈਣਾ ਮੈਡਮ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਹੱਲੇ ਮੁੰਡੇ ਨੂੰ ਟੈਸਟ ਦਿੱਤਾ ਸੀਗਾ ਅਸੀਂ 2 ਮਿੰਟ ਲਏ ਸੀ ਕਿਉਂਕਿ ਸਾਨੂੰ ਨਹੀਂ ਸੀ ਇਹਦੀ ਪੜ੍ਹਾਈ ਖਰਾਬ ਹੋਵੇ ਤੇ ਮੈਡਮ ਕਹਿੰਦੇ ਸੀ ਵੀ ਮੈਂ ਨਿਗਰ ਰੱਖਣੀ ਆ ਟੈਸਟ ਦੇ ਉੱਤੇ ਵੀ ਤੁਸੀਂ ਜੇ 2 ਮਿੰਟ ਲੈ ਕੇ ਗੱਲ ਕਰਨੀ ਤਾਂ ਕਰੋ ਫਿਰ ਜਦੋਂ ਹੁਣ ਉਹ ਟੈਸਟ ਖਤਮ ਹੋਊਗਾ ਅਸੀਂ ਉਹਨਾਂ ਨਾਲ ਵੀ ਗ ਦੇ ਪ੍ਰਿੰਸੀਪਲ ਕਹਿ ਲੋ ਇਨਚਾਰਜ ਕਹਿ ਲੋ ਜਾਂ ਫਿਰ ਇੱਕ ਬੱਚੇ ਨੂੰ ਪੜਾਉਣ ਵਾਲੀ ਮੈਡਮ ਕਹਿ ਲੋ ਮੈਨੂੰ ਲੱਗਦਾ ਇਹਦੇ ਵਿੱਚ ਕਿਉਂਕਿ ਸਾਰੇ ਕੰਮ ਜੜੇ ਨੇ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਆ ਇੱਕ ਇੱਕ ਬੱਚੇ ਨੂੰ ਕਿਉਂਕਿ ਜਿੰਨਾ ਔਖਾ ਉਸ ਬੱਚੇ ਲਈ ਆ ਉਨਾ ਹੀ ਉਹ ਟੀਚਰ ਲਈ ਵੀ ਹੁੰਦਾ ਵੀ ਸਭ ਕੁਝ ਮੈਨੇਜ ਕਰਨਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਸਰਵਜੀਤ ਕੋ ਅੱਛਾ ਇੱਕ ਬੱਚੇ ਨੂੰ ਪੜਾਉਣਾ ਮਤਲਬ ਟਫ ਤੇ ਹੈ ਵੀ ਤੁਹਾਨੂੰ ਲੱਗਦਾ ਕਿਉਂਕਿ ਜਦੋਂ ਅਸੀਂ ਕਲਾਸ ਦੇ ਵਿੱਚ ਪੜਾਉਣਾ ਹੁੰਦਾ ਪਿੱਛੋਂ ਵਾਜਾ ਆਉਣ ਸਵਾਲ ਨਵੇਂ-ਨਵੇਂ ਪੁੱਛੇ ਜਾਣ ਦਿਲ ਕਰਦਾ ਵੀ ਹੋਰ ਪੜਾਈਏ ਪਰ ਜਦੋਂ ਇੱਕੋ ਬੱਚਾ ਆ ਕਿੰਨਾ ਕੁ ਟਫ ਆ ਪਹਿਲਾਂ ਤਾਂ ਤੁਹਾਨੂੰ ਕਿੰਨਾ ਕੁ ਔਖਾ ਲੱਗਦਾ ਆ ਆਪ ਨੂੰ ਜੀ ਹੈ ਪੜਨ ਪੜਾਉਣ ਦਾ ਮਾਹੌਲ ਜੀ ਤਾਂ ਹੀ ਬੰਦ ਹੈ ਜੀ ਬੱਚੇ ਹੋਣ ਬੱਚਾਂ ਦਾ ਗੋ ਜਵਾਬ ਹੋਵੇ ਵਧੀਆ ਰਿਪਲਾਈ ਹੋਵੇ ਤੇ ਚਹਿਲ ਪੈਲ ਹੋਵੇ ਕਲਾਸ ਵੀ ਤਾਂ ਹੀ ਸੋਹਣੀ ਲੱਗਦੀ ਹੈ ਅਗਰ ਬੱਚਿਆਂ ਦੇ ਨਾਲ ਹੀ ਸੋਹਣੀ ਲੱਗਦੀ ਹੈ ਕਲਾਸ ਵੀ ਸਕੂਲ ਵੀ ਤੇ ਪਰ ਇੱਥੇ ਇੱਕ ਹੀ ਬੱਚਾ ਜੀ ਪੜਾਉਨੇ ਆ ਜੀ ਮਨ ਲਾ ਕੇ ਪੜਾਉਨੇ ਆ ਬੱਚੇ ਨੂੰ ਬਹੁਤ ਵਧੀਆ ਤਰੀਕੇ ਨਾਲ ਔਖਾ ਔਖਤ ਹੈ ਨਾ ਜੀ ਔਕਾ ਤੇ ਕੀ ਹੈ ਡਿਊਟੀ ਹੈ ਸਰਕਾਰ ਵੱਲੋਂ ਦਿੱਤੀ ਹੈ ਆਪਾਂ ਨੂੰ ਨਿਭਾਉਣੀ ਪਾਉਗੀ ਜੀ ਹਾਂਜੀ ਅੱਛਾ ਕਾਰਨ ਕੀ ਹੈ 400 ਤੋਂ ਜ਼ਿਆਦਾ ਆਬਾਦੀ ਕਹਿੰਦੇ ਆ ਵੇ ਇਸ ਪਿੰਡ ਦੇ ਵਿੱਚ ਆ ਬੱਚੇ ਵੀ ਸੁੱਖ ਨਾਲ ਹੈਗੇ ਆ ਤੇ ਕਾਰਨ ਕੀ ਆ ਮਤਲਬ ਲੋਕਾਂ ਦਾ ਪ੍ਰਾਈਵੇਟ ਸਕੂਲਾਂ ਵਾਲਾ ਜ਼ਿਆਦਾ ਰੁਝਾਨ ਆ ਹਾਂਜੀ ਬੱਚੇ ਵੀ ਜੋ ਪਿੰਡ ਵਾਸੀ ਆ ਸਭ ਦੇ ਜੋ ਬੱਚੇ ਆ ਪ੍ਰਾਈਵੇਟ ਸਕੂਲਾਂ ਦੇ ਵਿੱਚ ਹੀ ਲੱਗੇ ਹੋਏ ਆ ਹਾਂਜੀ ਮੈਂ ਵਿਜ਼ਿਟ ਕੀਤਾ ਜੀ ਐਸਐਮਸੀ ਮੀਟਿੰਗ ਵੀ ਬੁਲਾਇ کئی ਵਾਰ ਸਰਪੰਚ ਮੈਂਬਰ ਸਾਹਿਬਾਨ ਨੂੰ ਕਿਹਾ ਗਿਆ ਤੇ ਪਰ ਸਭ ਦੇ ਬੱਚੇ ਜਿਹੜੇ ਆ ਪ੍ਰਾਈਵੇਟ ਸਕੂਲ ਦੇ ਵਿੱਚ ਹੀ ਜਾ ਰਿਹਾ ਤੇ ਕਿਸੇ ਨੇ ਵੀ ਆਪਣਾ ਬੱਚਾ ਸਕੂਲ ਦੇ ਵਿੱਚ ਨਹੀਂ ਲਾਇਆ ਕਿੰਨੇ ਕੁ ਬੱਚੇ ਹੋਣਗੇ ਪਰ ਫੇਫੀ ਜਿਹੜੇ ਇਸ ਸਕੂਲ ਚ ਪੜ ਸਕਦੇ ਆ ਜੇ ਤੁਹਾਨੂੰ ਪਿਆ ਯਾਦ ਹੋਵੇ ਕਿਉਂਕਿ ਤੁਹਾਡੇ ਨਾਲ ਹੀ ਤਾਂ ਅੰਗਣਵਾੜੀ ਸੈਂਟਰ ਹੈ ਨੰਬਰ ਹੈ ਦਿਮਾਗ ਚ ਉਨੀ ਵੀ ਤਾਂ ਹੋਣਗੇ ਹਾਂਜੀ ਹਾਂਜੀ 20 30 ਹੋ ਸਕਦੇ ਆ ਅਪਰਕਸੀਮੇਟਲੀ ਹਾਂਜੀ ਜੋ ਕਿ ਬਾਹਰ ਜਾਂਦੇ ਆ ਪ੍ਰਾਈਵੇਟ ਸਕੂਲ ਦੇ ਵਿੱਚ ਜਾਂਦੇ ਆ ਇੱਕ ਇੱਕ ਵੀ ਆ ਕਿ ਗੱਲੇ ਬੱਚੇ ਲਈ ਮਿਡੇ ਮੀਲ ਵੀ ਬਣਦਾ ਤੁਸੀਂ ਆਨ ਹੋ ਕਦੇ ਇਹ ਹੁੰਦਾ ਵੀ ਤੁਸੀਂ ਵਰਕ ਫਰਮ ਹੋਮ ਦੇ ਲੋਜਾ ਇਦਾਂ ਦੀ ਕੋਈ ਲਿਬਰੇਜ ਹੁੰਦੀ ਹੈ ਤੁਹਾਡੇ ਲਈ ਵੀ ਜਾਂ ਬੱਚੇ ਲਈ ਵੀ ਨਹੀਂ ਜੀ ਬੱਚਾ ਜੋ ਸਕੂਲ ਹੈ ਉਹ ਡੇਲੀ ਖੁੱਲਦਾ ਹੈ ਜਿਵੇਂ ਕਿ ਸਾਰੇ ਸਕੂਲ ਖੁੱਲਦੇ ਆ ਉਸੇ ਤਰੀਕੇ ਨਾਲ ਜੀ ਡਿਊਟੀ ਮੈਨੂੰ ਵੀ ਦੇਣੀ ਪੈਂਦੀ ਹੈ ਤੇ ਬੱਚਾ ਵੀ ਰੈਗੂਲਰਲੀ ਆ ਰਿਹਾ ਲਗਭਗ ਅੱਛਾ ਤੇ ਵੈਸੇ ਇਹ ਬੱਚਿਆਂ ਦੀ ਜਿਹੜੇ ਨੰਬਰਸ ਆ ਕਿਉਂਕਿ ਹੁਣ ਇਹ ਪਾਸਵਰਡ ਹੋ ਕੇ ਚਲੇ ਜਾਊਗਾ ਫਿਰ ਤੇ ਤੁਹਾਡੇ ਕੋਲ ਇੱਕ ਵੀ ਨਹੀਂ ਬਚਾ ਰਹਿਣਾ ਤੁਸੀਂ ਇਹ ਲਈ ਸੋਚਿਆ ਵੀ ਮੈਂ ਕੁਝ ਪਿੰਡ 'ਚ ਵਿਜ਼ਿਟ ਕਰਾਂ ਜਾਂ ਲੋਕਾਂ ਵਾਲਿਆਂ ਨੂੰ ਦੱਸਾਂ ਵੀ ਆਪ ਵੀ ਇੱਥੇ ਪੜਾਈ ਤੇ ਕਿਉਂਕਿ ਸਕੂਲ ਇੰਨਾ ਸੋਹਣਾ ਆ ਮੈਨੂੰ ਲੱਗਦਾ ਇੰਨਾ ਪ੍ਰਾਈਵੇਟ ਸਕੂਲ ਦੇ ਵਿੱਚ ਕਦੇ ਮੈਂ ਆਰਟ ਗ੍ਰਾਫ ਨਹੀਂ ਦੇਖਿਆ ਬੋਰਡਸ ਨਹੀਂ ਦੇਖੇ ਕੰਧਾਂ ਦੇ ਉੱਤੇ ਉਹ ਨਹੀਂ ਦੇਖਿਆ ਸਭ ਕੁਝ ਤੁਸੀਂ ਲੈ ਕੇ ਆਉਨੇ ਹੋ ਪਿੰਡ ਵਾਲਿਆਂ ਨੂੰ ਵੀ ਦੇਖੋ ਤੁਸੀਂ ਇੱਟੂ ਵਾਰੀ ਵਿਜ਼ਿਟ ਕਰਕੇ ਹਾਂਜੀ ਹਾਂਜੀ ਐਸਐਮਸੀ ਮੀਟਿੰਗ ਬੁਲਾਈ ਗਈ ਸੀ ਉਹਦੇ ਵਿੱਚ ਪਿੰਡ ਦੇ ਪਿੰਡ ਵਾਸੀਆਂ ਨੂੰ ਵੀ ਮਤਲਬ ਬੁਲਾਇਆ ਗਿਆ ਇੱਥੇ ਤੇ ਸਭ ਨੂੰ ਪਤਾ ਹੈ ਜੀ ਪਿੰਡ ਵਿੱਚ ਕਿ ਬੱਚਾ ਇੱਕ ਹੈ ਸਕੂਲ ਦੇ ਵਿੱਚ ਹਾਂਜੀ ਸਾਰੀ ਜਾਣਕਾਰੀ ਹੈ ਜੀ ਸਰਪੰਚ ਸਾਹਿਬ ਨੂੰ ਮੈਂਬਰਾਂ ਨੂੰ ਵੀ ਪਿੰਡ ਵਾਸੀਆਂ ਨੂੰ ਪਤਾ ਹੈ ਕਿ ਸਕੂਲ ਦੇ ਵਿੱਚ ਇੱਕ ਹੀ ਬਤ ਹੈ ਬੱਚੇ ਹਨ ਤੇ ਮੇਰੇ ਵੱਲੋਂ ਵੀ ਵਿజిਟ ਵੀ ਕੀਤਾ ਗਿਆ ਤੇ ਉਹਨਾਂ ਨੂੰ ਕਿਹਾ ਵੀ ਗਿਆ ਕਿ ਸਕੂਲ ਦੇ ਵਿੱਚ ਬੱਚਿਆਂ ਦੀ ਗਿਣਤੀ ਜੋ ਹੈ ਵਧਾਈ ਜਾਵੇ ਤੁਸੀਂ ਡੀਓਜ਼ ਲੈਵਲ ਤੱਕ ਕੋਈ ਇਹਦੀ ਇਹਦੀ ਐਕਟੀਵਿਟੀ ਹੁੰਦੀ ਹੈ ਵੀ ਜੋ ਡੀਓਜ਼ ਨੂੰ ਲੈਟਰ ਲਿਖੋ ਜਾਂ ਉਹਨਾਂ ਦੀ ਕੋਈ ਟੀਮ ਆਵੇ ਵਰਕਸ਼ਾਪ ਲਾਵੇ ਪਿੰਡ 'ਚ ਇਦਾਂ ਦਾ ਕੁਝ ਹੁੰਦਾ ਹੈ ਸਿਸਟਮ ਹਾਂਜੀ ਸਾਡੇ ਮਤਲਬ ਇੱਕ ਐਟ ਸਕੂਲਾ ਦੇ ਵਿੱਚ ਇੱਕ ਸੈਂਟਰ ਹੁੰਦਾ ਜੀ ਹਾਂਜੀ ਉਹ ਤੋਂ ਸੀਐਸਟੀ ਸਾਹਿਬਾਨ ਹੁੰਦੇ ਆ ਜੀ ਉਹਨਾਂ ਨੂੰ ਪਤਾ ਹੈ ਜੀ ਸਭ ਬੀਏ ਸਕੂਲ ਦੇ ਵਿੱਚ ਇੱਕ ਹੀ ਆ ਵਿਜ਼ਿਟ ਕਰਦੇ ਰਹਿੰਦੇ ਆ ਤੇ ਉਹਨਾਂ ਨੇ ਕਿਹਾ ਨਹੀਂ ਵੀ ਆਪਾਂ ਕੋਈ ਵਰਕਸ਼ਾਪ ਲਾਵਾਂਗੇ ਆਪਾਂ ਪਿੰਡਾਂਆਂ ਨੂੰ ਵੀ ਸਮਝਾਵਾਂਗੇ ਉਹਨਾਂ ਤੋਂ ਤੁਹਾਨੂੰ ਕੋਈ ਮਤਲਬ ਇਦਾਂ ਦਾ ਉਹਨਾਂ ਦੀ ਟੀਮ ਪਹੁੰਚੀ ਹੋਵੇ ਇੱਥੇ ਜੀ ਮੈਨੂੰ ਕਨਵੈਂਸ ਕਰਕੇ ਕਹਿ ਕੇ ਜਾਂਦੇ ਆ ਕਿ ਬੱਚੇ ਵਧਾਓ ਪਿੰਡ ਵਿੱਚ ਵਿਜ਼ਿਟ ਕਿ ਕਰੋ ਤੇ ਮੈਂ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਤੇ ਸਾਰੇ ਪਿੰਡ ਵਾਸੀਆਂ ਨੂੰ ਪਤਾ ਵੀ ਹੈ ਪਰ ਨਹੀਂ ਕੋਈ ਵੀ ਆਪਦਾ ਬੱਚਾ ਜੋ ਹੈ ਪ੍ਰਾਈਵੇਟ ਸਕੂਲ ਚ ਲਾਉਣ ਨੂੰ ਤਿਆਰ ਨਹੀਂ ਕਾਰਨ ਕੀ ਤੁਹਾਨੂੰ ਦੱਸਦੇ ਹੋਣਗੇ ਵੀ ਤੁਸੀਂ ਜਦੋਂ ਕੰਨੀਆ ਹੋਗਾ ਬੀਬੀਆਂ ਨਾਲ ਤੁਸੀਂ ਗੱਲ بس ਜੋ ਮਾਨਸਿਕਤਾ ਹੈ ਵੀ ਲੋਕਾਂ ਦੀ ਬਣੀ ਹੋਈ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੜੀ ਵਧੀਆ ਵਧੀਆ ਜੋ ਹੈ ਪੜ੍ਹਾਈ ਹੁੰਦੀ ਹੈ ਪਰ ਅੱਜ ਦੇ ਸਮੇਂ ਦੇ ਵਿੱਚ ਜੋ ਸਰਕਾਰੀ ਸਕੂਲਾਂ ਦੇ ਵਿੱਚ ਮਤਲਬ ਬਹੁਤ ਵਧੀਆ ਸਟੱਡੀ ਹੁੰਦੀ ਹੈ। ਹਾਂ। ਅੱਛਾ ਮੈਂ ਮੈਨੂੰ ਪਤਾ ਮੈਂ ਕਿਉਂਕਿ ਆਪਣਾ ਨਾ ਕੈਮਰੇ ਤੇ ਵੀ ਗੱਲ ਕਰ ਰਹੇ ਹਾਂ ਇਸ ਵੀ ਜਿੰਨੇ ਬੈਲ ਕੁਆਲੀਫਾਈਡ ਸਰਕਾਰੀ ਸਕੂਲ ਦੇ ਟੀਚਰ ਆ ਉਹ ਮਿਲ ਲਾਦਾਂ ਨੇ ਵੀ ਪ੍ਰਾਈਵੇਟ ਸਕੂਲ ਦੇ ਕਦੇ ਟੀਚਰ ਹੋਣਗੇ। ਤੁਸੀਂ ਆਪਣੀ ਕੁਆਲੀਫਿਕੇਸ਼ਨ ਪਲੀਜ਼ ਦੱਸ ਸਕਦੇ ਹੋ? ਜੀ ਮੈਂ ਐਮਏ ਪੰਜਾਬੀ ਆ ਤੇ ਨਾ ਐਡਟ ਜੋ ਡੀਏਡ ਜਿਹੜੀ ਮੇਰੀ ਕੀਤੀ ਹੋਈ ਹੈ ਤੇ ਮੇਰੇ ਜੋ ਐਕਟਟ ਜਿਹੜਾ ਨੇ ਦੇ ਵਿੱਚ ਹੁੰਦਾ ਚਾਰ ਵਾਰੀ ਕਲੀਅਰ ਹੈ ਸੀਟਟ ਕਲੀਅਰ ਹੈ ਮੇਰਾ ਤੇ ਪੀਟਟ ਕਲੀਅਰ ਸੀ ਜੀ ਤਾਂ ਹੀ ਲੱਗੇ ਆ ਰੀਟ ਵੀ ਕਲੀਅਰ ਹੈ ਮੇਰਾ ਹਾਂਜੀ ਸਾਰੇ ਟੈਸਟ ਮੇਰੇ ਕੁਆਲੀਫਾਈਡ ਹੈ ਤੇ ਇੱਥੇ ਮੈਂ 18 ਮਹੀਨੇ ਜੁਆਇਨ ਕੀਤਾ ਜੀ ਮੈਂ ਹੁਣ ਨਵੀਂ ਲੱਗੀ ਆ ਇੱਥੇ ਹਾਂਜੀ ਵੈਸੇ ਤੁਸੀਂ ਇੰਨੇ ਕਦੀ ਪ੍ਰਾਈਵੇਟ ਸਕੂਲ ਵਾਲਿਆਂ ਤੋਂ ਪੁੱਛ ਕੇ ਦੱਸਿਓ ਵੀ ਉਹਨਾਂ ਦਾ ਟੈਸਟ ਕਿਹੜਾ ਕਲੀਅਰ ਆ ਉਹਨੇ ਕਦੇ ਇੰਨੀ ਆਰੀ ਚਾਰ ਆਰੀ ਕੋਈ ਜਿਹੜਾ ਕੰਪੀਟੀਟਿਵ ਕਲੀਅਰ ਕੀਤਾ ਇਹ ਸੌਖੀ ਚੀਜ਼ ਨਹੀਂ ਹੈ ਕਿ ਸਟੇਟ ਕਲੀਅਰ ਕਰਨਾ ਜਾਂ ਪੀਟ ਕਲੀਅਰ ਕਰਨਾ ਜਾਂ ਹਰਿਆਣੇ ਵਾਲਾ ਜਿਵੇਂ ਕਹ ਲਿਆ ਵੀ ਬਰੀਡ ਕਰਨ ਐਸਟੇਟ ਹੈ ਉਹਨਾਂ ਦਾ ਐਸਟੇਟ ਕਲੀਅਰ ਕਰਨਾ ਪਰ ਫਿਰ ਵੀ ਸਾਨੂੰ ਲੱਗਦਾ ਪਤਾ ਨਹੀਂ ਕਿ ਹਾਥੋਂ ਪ੍ਰਾਈਵੇਟ ਕਿਉਂਕਿ ਅਸੀਂ ਉਹਨਾਂ ਦੀ ਚੱਕਾ ਚ ਆਉਂਦਾ ਮੈਨੂੰ ਲੱਗਦਾ ਮੈਂ ਵੀ ਗੱਲ ਹੈ ਨਾ ਵੀ ਪੰਜਾਬੀ ਸ਼ਾਇਦ ਉਸ ਦੁਕਾਨ 'ਚ ਵੱਢਦੇ ਜਿੱਥੇ ਰਸ਼ ਹੁੰਦਾ ਹਾਂਜੀ ਬਿਲਕੁਲ ਜੀ ਹਾਂਜੀ ਮੈਂ ਵੀ ਜੀ ਪ੍ਰਾਈਵੇਟ ਸਕੂਲ ਦੇ ਵਿੱਚ 8 ਸਾਲ ਪਹਿਲਾਂ ਪੜ੍ਹਾ ਕੇ ਆਈ ਹਾਂ ਜੀ 8 ਸਾਲ ਪਹਿਲਾਂ ਮੈਂ ਪ੍ਰਾਈਵੇਟ ਸਕੂਲ ਦੇ ਵਿੱਚ ਟੀਚਰ ਤੁਸੀਂ ਅੰਦਾਜ਼ਾ ਲਾ ਲਓ ਕਿਉਂਕਿ ਤੁਹਾਡੇ ਸਾਹਮਣੇ ਸੌਰੀਆਂ ਚੀਜ਼ਾਂ ਆ ਮੇਰਾ ਮਤਲਬ ਇੱਥੇ ਆਉਣ ਦਾ ਸਾਡਾ ਮਕਸਦ ਇਹ ਨਹੀਂ ਹੈਗਾ ਵੀ ਅਸੀਂ ਇੱਕ ਬੱਚਾ ਆ ਫਲਾਨਾ ਆ ਧਮਕਾਣਾ ਸਿਰਫ ਇਹ ਦੱਸਣਾ ਵੀ ਇੱਥੋਂ ਨਾਲੇ ਬੈਲ ਕੁਆਇਫਾਈਡ ਟੀਚਰ ਕੋਈ ਨਹੀਂ ਹੈਗਾ ਇਹ ਗਰੰਟੀ ਸਾਡੀ ਹੈ ਇੱਥੇ ਬੈਠ ਕੇ ਕਿਉਂਕਿ ਤੁਸੀਂ ਦੇਖਿਆ ਵੀ ਇੰਨੇ ਟੈਟ ਕਲੀਅਰ ਕਦੀ ਪ੍ਰਾਈਵੇਟ ਸਕੂਲ ਚ ਨਹੀਂ ਮਿਲਣਗੇ ਤੁਹਾਨੂੰ ਤੇ ਫਿਰ ਜੇ ਤੁਸੀਂ ਕਹਿੰਦੇ ਹੋ ਵੀ ਫਲਾਨਾ ਉੱਥੇ ਪੜਾਈ ਨਹੀਂ ਹੋ ਸਕਦੀ ਫਿਰ ਤੁਸੀਂ ਅੰਦਾਜ਼ਾ ਲਾ ਲਓ ਕੈਮਰਾਮੈਨ ਸਾਹਿਬ ਦੇ ਨਾਲ ਮਹਿੰਦਰ ਸਿੰਘ ਖੇੜਾ ਜਗਮਾਨੀ ਟੀਵੀ ਦੇ ਲਈ ਬਠਿੰਡਾ ਤੋਂ